ਅਸਲਾਮ ਵਾਲੇਕੁਮ ਜੀ ਦੋਸਤੋ, ਵਕਾਰ ਤਰੀਨ ਵਲਾਗ 'ਚ ਇੱਕ ਦਫ਼ਾ ਫਿਰ ਤੁਹਾਨੂੰ ਖੁਸ਼ ਆਮਦੇਦ। ਸੱਜਣੋ, ਅੱਜ ਅਸੀਂ ਖਲੋਤੇ ਹਾਂ ਗੁਜਰਾਂਵਾਲਾ ਰੇਲਵੇ ਸਟੇਸ਼ਨ 'ਤੇ, ਜਿਹੜਾ ਕਿ 1881 ਦੇ ਵਿੱਚ ਤਾਮੀਰ ਕੀਤਾ ਗਿਆ ਅੰਗਰੇਜ਼ ਸਰਕਾਰ ਨੇ, ਅਤੇ 1881 ਤੋਂ ਲੈ ਕੇ ਅੱਜ 2024 ਤੱਕ ਤਕਰੀਬਨ ਕੋਈ 150 ਸਾਲ, 143 ਸਾਲ ਇਹਨੂੰ ਹੋ ਗਏ ਨੇ ਤਾਮੀਰ ਕੀਤਿਆਂ ਹੋਇਆਂ। ਅਤੇ ਅੱਜ ਤੁਹਾਨੂੰ ਇਹਦੇ ਵਿਖਾਉਂਦੇ ਹਾਂ ਹਾਲਤ ਅੰਦਰ ਬਾਹਰੋਂ ਕਿਸ ਤਰ੍ਹਾਂ ਦੀ ਹੈ, ਅਤੇ 150 ਸਾਲ ਬਾਅਦ ਇਹਦਾ ਕੁਛ ਵਿਗੜਿਆ ਕਿ ਨਹੀਂ ਵਿਗੜਿਆ, ਅਤੇ ਜਿਹਦਾ ਵਿਗੜਿਆ ਜਿਹੜਾ ਅਸੀਂ ਵਾਧੋਂ ਬਣਾਇਆ ਕੁਝ ਦਹਾਈਆਂ, ਇਹ ਰੇਲਵੇ ਸਟੇਸ਼ਨ ਜਿਹੜਾ ਹੈ ਇਹ ਸ਼ਹਿਰ ਦੇ ਵਿੱਚ ਚਲਾ ਗਿਆ ਸੀ, ਜਿਹਨੂੰ ਅਸੀਂ ਨਿਆ ਰੇਲਵੇ ਸਟੇਸ਼ਨ ਕਹਿੰਦੇ ਸਾਂ, ਰੇਲ ਬਾਜ਼ਾਰ ਦੇ ਸਾਹਮਣੇ ਗੁਜਰਾਂਵਾਲਾ। ਅਤੇ ਉਸ ਤੋਂ ਬਾਅਦ ਫਿਰ ਉਹ ਜਗ੍ਹਾ ਤੰਗ ਹੋਣ ਦੀ ਵਜ੍ਹਾ ਤੋਂ ਦੁਬਾਰਾ ਇਹਨੂੰ ਹੀ ਓਪਨ ਕਰ ਦਿੱਤਾ। ਅਤੇ ਤੁਸੀਂ ਇਹਦੀ ਕੁਸ਼ਾਦਗੀ ਤੋਂ ਇਹਦੇ ਇਰਦ ਗਿਰਦ ਆਲੇ ਦੁਆਲੇ ਤੋਂ ਅੰਦਾਜ਼ਾ ਲਾਓ ਕਿ ਗੋਰੇ ਨੇ ਜਿਸ ਵਕਤ ਬਣਾਇਆ ਸੀ ਹੈ, ਅਤੇ ਗੋਰੇ ਨੇ ਉਸ ਵਕਤ ਕਿੰਨੇ ਸੌ ਸਾਲ ਦੀ ਪਲੈਨਿੰਗ ਕੀਤੀ ਹੈ ਕਿ ਜਿਹੜਾ ਹੈ ਅੱਜ ਵੀ ਖੁੱਲ੍ਹਾ ਹੈ, ਅੱਜ ਵੀ ਇੱਥੇ ਜਗ੍ਹਾ ਵਸੀ ਹੈ। ਦੂਸਰੀ ਤਰ੍ਹਾਂ ਤਾਂ ਵੇਖੋ ਖਾਲੀ ਜਗ੍ਹਾ, ਦੁਨੀਆ ਫੁੱਟਬਾਲ ਖੇਡਦੀ ਹੈ, ਵੀ ਇਹ ਵੀ ਇੱਕ ਫੁੱਟਬਾਲ ਵਾਲੀਬਾਲ ਖੇਡਣ ਦਾ ਇੱਕ ਪੁਆਇੰਟ ਬਣਿਆ। ਸਾਰੇ ਲੋਕ ਆਪਣੇ ਕੰਮਾਂ ਕਾਰਾਂ ਤੋਂ ਫਾਰਗ ਆ ਕੇ ਇੱਥੇ ਵਾਲੀਬਾਲ ਖੇਡਦੇ ਨੇ। ਇੱਕ ਇੱਥੇ ਇੰਜਨ ਖਲੋਤਾ ਹੈ ਨਮੂਨੇ ਦੇ ਤੌਰ 'ਤੇ, ਇਹਨੂੰ ਵੀ ਤੁਹਾਨੂੰ ਕਰੀਬ ਚੱਲ ਕੇ ਬਲਕਿ ਆਪਣਾ ਵਲਾਗ ਉੱਥੇ ਹੀ ਸ਼ੁਰੂ ਕਰਾਂਗੇ, ਫਿਰ ਤੁਹਾਨੂੰ ਪਲੇਟਫਾਰਮ ਜਾਂ ਟਿਕਟ ਘਰ ਉੱਧਰ ਵੀ ਲੈ ਕੇ ਚੱਲ ਵਿਖਾਵਾਂਗੇ ਤੁਹਾਨੂੰ ਸਾਰਾ, ਅਤੇ ਜੁੜੇ ਰਹੇ ਸਾਡੇ ਨਾਲ। ਜਿਹੜਾ ਨਾ ਗੋਲ ਮੈਦਾਨ ਹੈ ਜਿਹਦੇ ਵਿੱਚ ਇਸ ਇੰਜਨ ਨੂੰ ਇੰਨਾ ਖਿਲਾਰੇ ਆ, ਜਿਹੜਾ ਕਿ ਤੁਹਾਨੂੰ ਕਰੀਬ ਚੱਲ ਕੇ ਵਿਖਾਉਂਦਾ ਮੈਂ, ਅਤੇ ਉਹਦੇ ਵਿੱਚ ਹੀ ਇਹਨਾਂ ਨੇ ਇਸ ਟੈਂ ਬਣਾ ਕੇ ਨਾ ਇੱਕ ਖੜਾ ਜਿਹਾ ਉਹਦੇ ਉੱਤੇ ਖਿਲਾਰੇ ਆ। ਅਤੇ ਇਹ ਹਜੇ ਵੀ ਜਗ੍ਹਾ ਤੁਸੀਂ ਵੇਖ ਲਵੋ, ਦਰਖਤ ਹਰਿਆਲੀ ਕਿੰਨਾ ਖੁੱਲ੍ਹਾ ਡੁੱਲਾ, ਅਤੇ ਜਿਹੜਾ ਉਦੋਂ ਦਾ ਗੋਰੇ ਦਾ ਬਣਾਇਆ ਜਿਹੜਾ ਉਹ ਵੀ ਹਜੇ ਸੋੜਾ ਨਹੀਂ ਪਿਆ। ਲਓ ਜੀ 54G, ਇਹਦਾ ਕੋਈ ਨੰਬਰ ਹੋਏਗਾ। ਬੁਨਿਆਦੀ ਤੌਰ 'ਤੇ ਸਟੀਮ ਇੰਜਨ ਹੈ, ਉੱਤੇ ਲਾਈਟ ਬੱਤੀ ਜਿਹੜੀ ਹੈ ਉਹ ਲੱਗੀ ਹੈ, ਅਤੇ ਬਾਕੀ ਇਹਦੇ ਸਟੀਮ ਤੋਂ ਹੀ ਮੁਤਲਕ ਆ ਕੋਈ ਪਾਈਪ ਸ਼ਾਇਦ ਨੇ। ਇਹ ਟੈਕਨੀਕਲੀ ਤਾਂ ਉਹੀ ਬਿਹਤਰ ਸਮਝਦੇ ਨੇ ਜਿਹੜੇ ਇਹਦੇ ਕੋਈ ਮਕੈਨਿਕ ਸਨ ਜਾਂ ਜਿਨ੍ਹਾਂ ਇਹਨੂੰ ਬਣਾਇਆ, ਲੇਕਿਨ ਹੈ ਵੀ ਬੜੀ ਕਮਾਲ ਦੀ ਚੀਜ਼ ਹੈ। ਆਪਣੇ ਵਕਤ ਦੇ ਵਿੱਚ ਜਦੋਂ ਦੌੜਦਾ ਹੋਣਾ ਤਾਂ ਪਕੜਾਈ ਇਹਦੀ ਵੀ ਨਹੀਂ ਦਿੱਤੀ ਜਾਂਦੀ ਹੋਣੀ। ਇਹ ਸਾਰਾ ਵਲੈਤੀ ਲੋਹਾ ਇਹਨੂੰ ਲੱਗਿਆ ਗੋਰੇ ਦੇ ਵਕਤ ਦਾ, ਅਤੇ ਅੱਜ ਦੇ ਦੌਰ ਦਾ ਲੋਹਾ ਲੱਗਾ ਹੁੰਦਾ ਤਾਂ ਹੁਣ ਤੀਕਰ ਤਾਂ ਉਂਝ ਸੰਘਾਲਿਆ ਜਾਣਾ ਸੀ। ਅਤੇ ਇੱਕ ਪੱਟੜੀ ਉਹਨਾਂ ਵਿਛਾ ਕੇ ਇਹਨੂੰ ਇੱਥੇ ਖਿਲਾ ਰਿਹਾ। ਵਾਹ ਵੇਖੋ, ਉਸ ਵਕਤ ਦੇ ਪਾਏਦਾਨ ਜਿਹੜੇ ਲੱਗੇ ਨੇ, ਜ਼ਾਹਰੀ ਗੱਲ ਵਾਧੂ ਤਾਂ ਨਹੀਂ ਨਾ ਲਾਏ, ਇਹ ਉਸ ਵਕਤ ਦੇ ਹੀ ਲੱਗੇ ਨੇ। ਕਿਹੜੀ ਕੰਪਨੀ ਨੇ ਬਣਾਇਆ ਸੀ ਅਤੇ ਕਦੋਂ ਬਣਾਇਆ ਸੀ ਇਹਦੀ ਇੱਥੇ ਕੋਈ ਤਾਰੀਖ ਬੋਰਡ ਨਹੀਂ ਲੱਗਾ। ਲਓ ਜੀ ਇਹਦਾ ਡੈਸ਼ਬੋਰਡ ਹੈ, ਆਹ ਵੇਖੋ ਇਹਦੇ 'ਚ ਪਤਾ ਨਹੀਂ ਕਿਹੜੀ ਰੇਸ ਹੈ ਅਤੇ ਕਿਹੜੀ ਬ੍ਰੇਕ ਹੈ। ਅੱਛਾ, ਇੱਕ ਅਜੀਬ ਗੱਲ ਹੈ, ਭਾਅ ਵਾਲਾ ਇੰਜਨ ਹੈ ਯਕੀਨਨ ਇਹਦੇ 'ਚ ਉਹ ਪੈਂਦੀ ਹੋਣੀ ਹੈ ਲੱਕੜ ਛੱਕੜ, ਅਤੇ ਇਹਦੀ ਛੱਤ ਵੀ ਲੱਕੜ ਦੀ ਹੈ, ਅਤੇ ਦੋ ਹਿੱਸਿਆਂ 'ਚ ਤਕਸੀਮ ਆ। ਤੁਸੀਂ ਵੇਖੋ ਅੱਧਾ ਹੈ ਵੇ, ਅਤੇ ਵਿੱਚ ਫਟੀਆਂ ਜਿਹੀਆਂ ਜੁੜੀਆਂ ਨੇ, ਅਤੇ ਉੱਤੋਂ ਵੀ ਦੋ ਹਿੱਸਾ ਦੋ ਹਰੇ ਜੁੜ ਕੇ ਚੱਲਦਾ ਸੀ। ਇਹ ਪਿਛਲਾ ਹਿੱਸਾ ਕੋਈ ਹੋਰ ਹੈ ਅਤੇ ਅਗਲਾ ਹਿੱਸਾ ਕੋਈ ਹੋਰ ਹੈ। ਕਨੈਕਸ਼ਨ ਉਂਝ ਪਾਈਪਾਂ ਦਾ ਹੀ ਕਨੈਕਸ਼ਨ ਹੈ, ਥੋੜ੍ਹਾ ਜਿਹਾ ਪਿੱਛੋਂ ਵੀ ਤੁਹਾਨੂੰ ਵਿਖਾਉਂਦੇ ਇਹਦਾ ਸੀਨ। ਆ ਹੁੱਕ ਜਿਹੜਾ ਡੱਬੇ ਬੰਨਣ ਵਾਸਤੇ ਹੋਇਆ ਪਿੱਛੇ ਹੀ ਹੈ। ਇਹ ਕੋਇਲਿਆਂ ਦਾ ਸਟਾਕ ਹੈ ਜੀ, ਕੋਇਲਿਆਂ ਦਾ ਇਹਦਾ ਮੇਰਾ ਖਿਆਲ ਉਹ ਹੀ ਸਾਰਾ ਨਿਜ਼ਾਮ ਹੈ, ਤਾਂ ਹੀ ਦੋ ਹਿੱਸਿਆਂ 'ਚ ਇਹਨੂੰ ਰੱਖਿਆ ਗਿਆ। ਇਹ ਕੋਈ ਨਹੀਂ ਦੱਸਦਾ, 54G PR ਇਹਦਾ ਮਾਡਲ ਹੈ। ਬਾਕੀ ਅੱਗੇ ਚੱਲਦੇ ਹਾਂ ਤੁਹਾਨੂੰ
ਦਿਖਾਉਂਦੇ ਹਾਂ ਸਾਰਾ। ਇਹ ਇੱਥੇ ਸਟੈਂਡ ਬਣੇ ਆ, ਟੈਕਸੀ ਸਟੈਂਡ, ਮੋਟਰਸਾਈਕਲ ਸਟੈਂਡ, ਜਿਹੜੇ ਦੂਸਰੇ ਇਲਾਕਿਆਂ 'ਚ ਜਾਣ ਵਾਲੇ ਲੋਕ ਨੇ ਉਹ ਇੱਥੇ ਆਪਣੀ ਪਾਰਕ ਕਰਕੇ ਗਾੜੀ ਜਾਂ ਮੋਟਰਸਾਈਕਲ ਉਹ ਈਜ਼ੀ ਟਰੈਵਲ ਕਰਦੇ ਨੇ ਟ੍ਰੇਨ 'ਤੇ, ਅਤੇ ਸ਼ਾਮ ਨੂੰ ਆ ਕੇ ਆਪਣੀ ਮੋਟਰਸਾਈਕਲ ਜਾਂ ਗੱਡੀ ਵਾਪਸ ਲੈ ਲੈਂਦੇ ਨੇ। ਲਓ ਜੀ, ਇਹ ਤੁਹਾਨੂੰ ਮੈਂ ਦੱਸਦਾ ਚੱਲਾਂ ਕਿ ਸਟੇਸ਼ਨ ਦੀਆਂ ਨੇ ਦੋ ਸਾਈਡਾਂ ਨੇ, ਇੱਕ ਸਾਈਡ ਇਹਦੀ ਜਿਹੜੀ GT ਰੋਡ ਨਾਲ ਕਨੈਕਟ ਹੈ, ਅਸੀਂ ਉਸ ਤਰਫ ਹਾਂ, ਦੂਸਰੀ ਸਾਈਡ ਇਹਦੀ ਜਿਹੜੀ ਹੈ ਉਹ ਸ਼ਹਿਰ ਦੀ ਤਰਫ ਕਨੈਕਟ ਹੈ। ਉੱਧਰੋਂ ਵੀ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ ਦੂਸਰੀ ਸਾਈਡ ਤੋਂ ਵੀ, ਬੜਾ ਸੋਹਣਾ ਪਲੇਟਫਾਰਮ ਬਣਿਆ। ਇਹਦੀ ਬਾਹਰ ਦੀ ਬਿਲਡਿੰਗ ਜਿੱਥੇ ਟਿਕਟ ਘਰ ਵਗੈਰਾ ਸਾਰੇ ਬਣੇ ਨੇ, ਦੂਸਰੀ ਤਰਫ ਥਾਣਾ, ਰੇਲਵੇ, ਪੁਲਿਸ, ਗੁਜਰਾਂਵਾਲਾ ਉਹ ਵੀ ਇਸੇ ਵਿੱਚ ਹੀ ਮੌਜੂਦ ਹੈ। 12-88-55 ਉੱਤੇ ਕੋਈ ਕੋਡ ਲਿਖਿਆ ਆ, ਗੁਜਰਾਂਵਾਲਾ ਰੇਲਵੇ ਸਟੇਸ਼ਨ। ਇਹ ਸਾਹਮਣੇ ਜਿਹੜੇ ਤੁਹਾਨੂੰ ਨਜ਼ਰ ਆ ਰਹੀਆਂ ਨੇ ਟਿਕਟ ਘਰ ਨੇ ਪਰਚੀਆਂ, ਇਹ ਹੁਣ ਨਹੀਂ ਇਹਦੇ ਵਿੱਚ ਕੁਛ ਵੀ ਬਣਿਆ, ਇਹ ਉਸ ਵਕਤ ਦਾ ਗੋਰੇ ਨੇ ਹੀ ਬਣਾਇਆ ਜੀ। ਇਹ ਵੇਖੋ ਜੀ ਖਾਸ ਇੱਕ ਚੀਜ਼, ਇਹਦੇ ਜਿਹੜੇ ਪਰਨਾਲੇ ਨੇ, ਵਾਹ ਸ਼ੇਰਨਵਾ ਇਹਦੇ ਪਰਨਾਲੇ ਬਣੇ ਨੇ, ਇਹ ਸਾਰੇ ਪਰਨਾਲੇ ਇੰਜ ਦੇ ਹੀ ਲੱਗੇ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1855 ਦਾ ਬਣਿਆ, ਅਤੇ 1855 ਤੋਂ ਲੈ ਕੇ ਹੁਣ ਤੀਕ ਇਹ ਸ਼ੇਰ ਵਾਲੇ ਪਰਨਾਲੇ ਵੀ ਨਹੀਂ ਜੇ ਟੁੱਟੇ। ਇਹਦਾ ਟਿਕਟ ਘਰ, ਇਹਦੀ ਮੇਨ ਲੌਬੀ, ਛੱਤ ਇਹਦੀ ਸਾਰੀ ਡਾਟ 'ਤੇ ਬਣੀ ਹੈ, ਸੈਂਟਰ ਦੇ ਵਿੱਚ ਗਾਰਡਰ ਦੇ ਇੱਟਾਂ ਨੂੰ ਜੋੜ ਕੇ ਸਾਰੀ ਇਹਦੀ ਤਾਮੀਰ ਕੀਤੀ ਹੋਈ ਹੈ। ਇੱਥੇ ਮੈਂ ਹਾਂ ਦੋ ਜਾਂਝਾਂ ਵੀ ਬਾਛ ਦੇ ਅਤੇ ਫਰਕ ਕੋਈ ਨਹੀਂ ਪੈਂਦਾ। ਇਹ ਟਿਕਟ ਘਰ ਜਿਹੜਾ ਹੁਣ ਇਸ ਤਰਫ ਆ ਗਿਆ, ਮੁਸਾਫਰਾਂ ਦੇ ਆਰਾਮ ਕਰਨ ਵਾਸਤੇ ਉੱਧਰ ਵਾਸ਼ਰੂਮ ਵੀ ਹੈ ਨੇ। ਇੱਧਰ ਟਾਈਮ ਟੇਬਲ ਜਿਹੜਾ ਉਹ ਦਿੱਤਾ ਗਿਆ ਟ੍ਰੇਨਾਂ ਦਾ, ਕਿਰਾਇਆਨਾਮਾ, ਇਕਾਨਮੀ ਕਲਾਸ, ਜਾਫਰ ਐਕਸਪ੍ਰੈਸ, ਜਿੰਨਾ ਵੀ ਹੈ ਸਾਰਾ ਇਹਦੇ ਵਿੱਚ ਉਹ ਵੀ ਤੁਸੀਂ ਦੇਖ ਸਕਦੇ। ਅਤੇ ਕੁਛ ਇਸ ਸਾਈਡ ਤੋਂ ਮੰਦਰ ਸੀ, ਬਾਕੀ ਅਸੀਂ ਤੁਹਾਨੂੰ ਦੂਸਰੀ ਸਾਈਡ ਤੋਂ ਚੱਲ ਕੇ ਵਿਖਾਵਾਂਗੇ। ਇੱਥੋਂ ਤੁਸੀਂ ਚਲੇ ਜਾਂਦੇ ਹੋ ਜੀ ਪਲੇਟਫਾਰਮ ਦੀ ਤਰਫ, ਅਤੇ ਇਹ ਵੇਖਦੇ ਹੋ ਕਿ ਇੱਥੋਂ ਹੀ ਲਾਈਨਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਟਰੈਕ ਬੰਦ ਨੇ, ਕਿੰਨੇ ਸਾਰੇ ਟਰੈਕ ਨੇ ਜਿਹੜੇ ਬੰਦ ਕਰ ਦਿੱਤੇ ਨੇ, ਅਤੇ ਬਾਕੀ ਜਿਹੜੇ ਟਰੈਕ ਹਜੇ ਚੱਲਣ ਡੇ ਨੇ, ਦੋ ਪਲੇਟਫਾਰਮ ਉਹ ਦੂਸਰੇ ਪਾਸੇ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਸੀ ਉਹ ਲਰੀਜ਼ ਇਹ ਸਟੇਸ਼ਨ ਹੈ। ਲਓ ਜੀ ਪਲੇਟਫਾਰਮ ਇਹ ਆ ਰਿਹਾ ਇੱਧਰੋਂ, ਤੁਸੀਂ ਪਿੰਡ ਦੀ ਤਰਫ ਆਉਂਦੀ ਹੈ, ਅਤੇ ਇਹ ਸਾਡੀ ਲਾਹੌਰ ਸਾਈਡ ਹੈ, ਇੱਧਰ ਤੁਸੀਂ ਨਿਕਲ ਜਾਂਦੇ। ਇਹ ਦੂਸਰੀ ਤਰਫ ਵਾਲੀ ਬਿਲਡਿੰਗ ਹੈ ਮੇਨ ਜਿਹੜੀ ਤੁਹਾਨੂੰ ਇਸ ਟਾਈਮ ਨਜ਼ਰ ਆ ਰਹੀ ਹੈ, ਬੜੀ ਖੂਬਸੂਰਤ ਬਿਲਡਿੰਗ ਬਣੀ ਹੈ, ਅਤੇ ਦੁਬਾਰਾ ਸਿਰਫ ਇਹਦੀ ਰੈਨੋਵੇਸ਼ਨ ਕੀਤੀ ਗਈ ਹੈ। ਇੱਥੇ ਕੰਸਟਰਕਸ਼ਨ ਕੋਈ ਚੀਜ਼ ਨਹੀਂ ਹੋਈ, ਕੋਈ ਵੀ ਚੀਜ਼ ਕੰਸਟਰਕਟ ਨਹੀਂ ਕੀਤੀ ਗਈ ਹੈ, ਸ਼ੈੱਡ ਹੋ ਗਏ ਜਾਂ ਦੂਸਰੇ ਪਾਸੇ ਬਿਲਡਿੰਗ ਹੋ ਗਈ, ਇਹ ਉਸੇ ਵਕਤ ਜੋ ਗੋਰੇ ਨੇ ਬਣਾਈ ਸੀ ਉਹੀ ਬਣਾਈ ਹੈ।
ਅਗਰ ਤੁਸੀਂ ਦੂਸਰੀ ਤਰਫੋਂ ਹੋ ਸ਼ਹਿਰ ਵਾਲੀ ਤਰਫੋਂ ਤਾਂ ਇਹ ਉਹਦੀ ਮੇਨ ਐਂਟਰੈਂਸ ਹੈ, ਯਾਨੀ ਉੱਧਰੋਂ ਤੁਸੀਂ ਇਹਨੂੰ ਦਿਓ ਬਾਹਰ ਨਿਕਲ ਕੇ ਇਸ ਮੰਦਰ ਹੈ। ਠੀਕ ਹੈ ਜੀ, ਇਹ ਦੂਸਰਾ ਪਲੇਟਫਾਰਮ ਹੈ। ਕੁਝ ਲੋਕ ਟ੍ਰੇਨ ਦੇ ਇੰਤਜ਼ਾਰ 'ਚ ਨੇ ਇਸ ਟਾਈਮ, ਕੁਝ ਬਹਿ ਕੇ ਨਿਕਲ ਗਏ ਨੇ ਅਤੇ ਕੁਝ ਵੈਸੇ ਟ੍ਰੇਨ ਸਟੇਸ਼ਨ ਦੇ ਉੱਤੇ ਸੈਰ ਸਪਾਟੇ ਵਾਸਤੇ ਆਏ ਨੇ। ਇਹ ਸ਼ਹਿਰ ਵਾਲੇ ਇਹ ਸੀ ਜੀ ਸਾਡਾ ਇੱਕ ਛੋਟਾ ਜਿਹਾ ਵਲਾਗ ਜਿਹਦੇ 'ਚ ਅਸਾਂ ਤੁਹਾਨੂੰ ਗੁਜਰਾਂਵਾਲਾ ਰੇਲਵੇ ਸਟੇਸ਼ਨ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਚੰਗਾ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਅਤੇ ਕਮੈਂਟ ਕਰਕੇ ਇਹ ਵੀ ਦੱਸੇ ਜੇ ਤੁਹਾਨੂੰ ਵਲਾਗ ਕਿਸ ਤਰ੍ਹਾਂ ਦਾ ਲੱਗਾ। ਨਵੇਂ ਵਲਾਗ 'ਤੇ ਨਈ ਗੱਲਾਂ ਨਾਲ ਨਈ ਜਗ੍ਹਾ 'ਤੇ ਫਿਰ ਮੁਲਾਕਾਤ ਹੋਏਗੀ। ਰੱਬ ਰਾਖਾ।